इतने लंबी चौड़ी गल भी ना करना के मसले शायद है कोई बीमारियां कोई मिकी पता है जा डॉक्टर लाज करना उसकी पता है बहरहाल ऐसी जाइए आए हैं इंशाल्लाह सेहत ठीक हो गई मिकी उम्मीद है ਜ਼ਬੈਰ ਸਾਹਿਬ ਸੱਤੀ ਸਾਹਿਬ ਰਾਬਤਾ ਲਈ ਮੈਂ ਨਾਲ ਲਿਆ ਸਾਂ ਬਹਰਹਾਲ ਜਿਤ ਸ਼ਾਹ ਜੀ ਇਹ ਪਹੁੰਚੀ ਕੇ ਇਹਨਾਂ ਨੇ ਸ਼ੁਕਰੀਆ ਅਦਾ ਕਰਦੇ ਹਾਂ ਦਿਲੋਂ ਪਾਪਰੇ ਇਹ ਜਿਤਨੇ ਪ੍ਰੋਗਰਾਮ ਹੈ ਪਾਵਨ ਕਰਨੇ ਵਾਲੇ ਅਲਬਾਤ ਛੋਟ ਸਰਵਸ ਅਲੀਪੁਰ ਫਰਾਜ ਲਕੜਾ ਰੋਡ ਇਸਲਾਮਾਬਾਦ ਸੈਯਦ ਮਾਨੋ ਚੈਨ ਸ਼ਾਹ ਸਾਹਿਬ ਉਹਨਾਂ ਨੇ ਤਾਵਨ ਨਾਲ ਇਹ ਸਾਰਾ ਸਿਸਟਮ ਹੈ ਉਹਨਾਂ ਦਾ ਅਸਾਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਨਸ਼ਾਅੱਲਾ ਪਿੱਛੇ ਆਉਣੇ ਤੇ ਪਹੁੰਚੋ ਫੋਨ ਆਪਰੇਟਰ ਸ਼ਹਿਜ਼ਾਦ ਜਿਹਨਾਂ ਤਲਕ ਪ੍ਰਵਾਸ ਮਦਰੇ ਨਾਲ ਹੈ ਕੈਮਰਾਮੈਨ ਕਰੋੜ ਅਮਜ਼ਾ ਇਹਨਾਂ ਨੇ ਸ਼ੁਕਰੀਆ ਅਦਾ ਕਰਦੇ ਹਾਂ ਔਰ ਰਾਜਾ ਆਬਰ ਸਾਹਿਬ ਜਿਹਨਾਂ ਕਲਰ ਕਲਰ ਮੰਟਿਆ ਨਾਲ ਹੈ ਜਿੱਥੇ ਵੀ ਹੈ ਸਟੇਜ ਉੱਪਰ ਤਸ਼ਰੀਫ ਲਿਆ ਨਾਲ ਆਜੀ ਗੁਲਾਮ ਰਸੂਲ ਅਬਾਸੀ ਸਾਹਿਬ ਕੋਟਾ ਖਰੋਟ ਨਾਲ ਜਿਹਨਾਂ ਕਲਰ ਹੈ ਉਹ ਵੀ ਸਟੇਜ ਉੱਪਰ ਤਸ਼ਰੀਫ ਲਿਆ ਮਿਹਰਬਾਨੀ ਹੋ ਸੀ ਤਾੜੀਆਂ ਹੋਵੇਗਾ ਰਾਜਾ ਆਬਰ ਸਾਹਿਬ ਮਿਹਰਬਾਨੀ ਇਹ ਸਾਡੇ ਕਾਏ ਰਿਸ਼ਤੇਦਾਰੂ ਤਸ਼ਰੀਫ ਫਰਮਾਏ ਰਾਜਾ ਜਵੇਰ ਸਾਹਿਬ ਰਾਜਾ ਜਵੇਰ ਸਾਹਿਬ ਜਵੈਰ ਸੱਤੂ ਸਾਹਿਬ ਰਾਜਾ ਆਸਮ ਸਾਹਿਬ ਔਰ ਮੈਂ ਰਾਜਾ ਆਬਦ ਸਾਹਿਬ ਦੇ ਵਾਲਾ ਕਰਨਾ ਔਰ ਉਹਨਾਂ ਕੀ ਕਹਿਣਾ ਮਹਿਫਲ ਨਾਗਾਜ ਕਰੋ ਮੌਸਮ ਵੀ ਐਸਾ ਹੈ ਔਰ ਐਨਸ਼ਨ ਹੈ ਇਹਨਾਂ ਕੀ ਬਾਣੇ ਜ਼ਰੂਰ ਦਿੰਦੇ ਸਾਰੇ ਵਿਸ਼ਵਾਸ ਮਿਹਰਬਾਨੀ ਰਾਜਾ ਸਾਹਿਬ ਗ੍ਰਾਮ ਰਸੂਲ ਅਬਾਸੀ ਸਾਹਿਬ ਦਾ ਰਿਕੁਐਸਟ ਕਰਦਾ ਸਾਡੇ ਭਰਾ ਹੈ ਰਾਜਾ ਆਬਦ ਸਾਹਿਬ ਉਹਨਾਂ ਨੇ ਬਜ਼ੁਰਗ ਚਾਰ ਪੰਜ ਦਿਨ ਪਹਿਲੇ ਫੌਜ ਵੀ ਹੋਈ ਸੀ ਨੇ ਦਰਬਾਰ ਸਾਹਿਬ ਮਜਬੂਰੀ ਉਹਨੇ ਅਚਨਾ ਪੈ ਗਿਆ ਉਹਨਾਂ ਨੇ ਵਾਲਦ ਫੌਜ ਹੋਏ ਮੈਂ ਅੱਜ ਇਹ ਤੋਂ ਰਿਕੁਐਸਟ ਕਰ ਸਾ ਕਿ ਉਹਨਾਂ ਵਾਸਤੇ ਦੁਆ ਕਰ ਨਾਹੁਦੂ ਵ ਰਸੂਲੀ ਅਲਾ ਰਸੂਲੀ ਕਰੀਮ ਅਮਾ ਬਾਦ ਫਾਉਜ਼ ਬਿੱਲਾਹਿ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਮੇਰੇ ਕਾਬਲ ਸਾਦ ਇਤਰਾਮ ਭਾਈਓ ਬਜ਼ੁਰਗ ਦੋਸਤੋ ਅਜ਼ੀਜ਼ੋ ਸਾਥੀਓ ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁ ਬਾਦ ਅਸਲਾ ਇਹ ਵਲੀ ਕਾਮਲ ਦੀ ਡਿਊਟੀ ਤਾਂ ਸਾਰੇ ਭਰਾ ਡਿਊਟੀ ਸਮਝ ਕੇ ਵਿਆਹ ਹੈ ਮੈਂ ਇਹ ਹੁਕਮ ਹੋਇਆ ਤਾਂ ਹੁਕਮ ਦੀ ਤਾਵੀਲ ਕਰਦਿਆਂ ਹੋਇਆ ਸਾਰੇ ਭਰਾ ਅਵਲ ਆਖਰ ਦਰੂਦ ਸੀ ਸੂਰਾ ਫਾਤਿਹਾ ਔਰ ਕੁਲ ਸ਼ਰੀਫ ਤਿੰਨ ਦਫ਼ਾ ਪੜ੍ਹ ਸੋ ਤਾਂ ਜਿਤਨੇ ਵੀ ਸਰਕਾਰ ਦੀ ਬਾਰਗਾਹ 'ਚ ਪੇਸ਼ ਕਰ ਸਾਂ ਆਪ ਸਲੱਲਾ ਸੱਲਮ ਦੀ ਬਾਰਗਾਹ 'ਚ ਜਿਹੜਾ ਅੱਲਾਹ ਪਾਕ ਆਪਣੇ ਫਜ਼ਲ ਕਰਮ ਨਾਲ ਸਵਾਬ ਅਨਾਇਤ ਕਰ ਸਕ ਤਾਂ ਜਿਤਨੇ ਵੀ ਸਰਕਾਰ ਨੇ ਚਾਹਣੇ ਵਾਲੇ ਮਰੀਜ਼ਾਂ 'ਚੋਂ ਇਸ ਦੁਨੀਆ ਫਾਟੀ ਤੋਂ ਚਲੇ ਗਏ ਉਹਨਾਂ ਵਾਸਤੇ ਦਵਾ ਕੀਤੀ ਜਾ ਸੀ ਸਰਕਾਰ ਨੇ ਆਲ ਔਲਾਦ ਵਿੱਚੋਂ ਜਿਤਨੇ ਚਲੇ ਗਏ ਉਹਨਾਂ ਵਾਸਤੇ ਤਾਂ ਬਿਲਖਸੂਸ ਰਾਜੇ ਆਬਦ ਸਾਹਿਬ ਨੇ ਵਾਲਦ ਮੋਹਤਰਮ ਪਿਛਲੇ ਦਿਨਾਂ 'ਚ ਇਸ ਦੁਨੀਆ ਫਾਣੀ ਤੋਂ ਕੂਚ ਕਰ ਗਏ ਉਹਨਾਂ ਵਾਸਤੇ ਖਸੂਸੀ ਦੁਆ ਕੀਤੀ ਜਾ ਸੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਅੱਲਾਹੁਮਾ ਸੱਲ ਅਲਾ ਮੁਹੰਮਦ ਵਅਲਾ ਆਲਿ ਮੁਹੰਮਦ ਕਮਾ ਸੱਲਵਤ ਅਲਾ ਇਬਰਾਹੀਮ ਵਅਲਾ ਆਲਿ ਇਬਰਾਹੀਮ ਇਨਕਾ ਹਮੀਦੁ ਮਜੀਦ ਅੱਲਾਹੁਮਾ ਬਾਰਿਕ ਅਲਾ ਮੁਹੰਮਦ ਵਅਲਾ ਆਲਿ ਮੁਹੰਮਦ ਕਮਾ ਬਾਰਿਕ ਅਲਾ ਇਬਰਾਹੀਮ ਵਅਲਾ ਆਲਿ ਇਬਰਾਹੀਮ ਇਨਕਾ ਹਮੀਦੁ ਮਜੀਦ الحمد لله رب العالمين الرحمن الرحيم مالك يوم الدين اياك نعبد واياك نستعين اهدنا الصراط المستقيم صراط الذين انعمت عليهم غير المغضوب عليهم ولا الضالين
آمين. قل هو الله احد الله الصمد لم يلد ولم يولد ولم يكن له كفوا احد. بسم الله الرحمن الرحيم. قل هو الله احد الله الصمد لم يلد ولم يولد ولم يكن له كفوا احد. بسم الله الرحمن الرحيم. قل هو الله احد الله الصمد لم يلد ولم يولد ولم يكن له كفوا احد. بسم الله الرحمن الرحيم. اللهم صل على محمد وعلى ال محمد كما صليت على ابراهيم وعلى ال ابراهيم انك حميد مجيد. اللهم بارك على محمد وعلى ال محمد كما باركت على ابراهيم وعلى ال ابراهيم انك حميد مجيد. يا رب العالمين يا مالك کو ایک لمحہ پاک اساں سارے رل مل کے جڑا پڑھیا اپنی بارگاہ عظیم وچ منظور تو مقبول فرمائی. میرے مالک اس نہ ثواب جڑا اساں سارے کے تو اپنے فضل و کرم نال عطا کر سے. آقا نبی کریم حضرت محمد مصطفی صلی اللہ تعالی علیہ وآلہ وسلم نے بارگاہ پیش کرنے منظور تو مقبول فرمائی. آپ صلی اللہ علیہ وسلم والدین کریم ہیں 124,000 کا عمر کم و بیش، 12 امام، 14 معصوم حضور پاک کے چار یار جناب، 75 پاک شدائے کربلا، شدائے بدر، شدائے احد، شدائے تبوک، شدائے خندق. آپ صلی اللہ علیہ وسلم کے ازواج مطہرات، آپ صلی اللہ علیہ وسلم میں کل جان سار سارے نے خدمت پیش کرنے منظور تو مقبول فرمائی. میرے مالک اس نسلات تابعین تبع تابعین جتنے بھی سلاسل نے بزرگاں نے دین گزری انہاں سارے نے خدمت پیش کرنے منظور تو مقبول فرمائی. غوث قطب ابدال ولی اولیاء سارے نے خدمت پیش کرنے منظور تو مقبول فرمائی. میرے مالک بالخصوص سائیں ٹکا سرکار نے خدمت پیش کرنے منظور مقبول فرمائے. سائیں زمیر سرکار نے خدمت پیش کرنے منظور تو مقبول فرمائے. میرے مالک اس خاندان نے جتنے بھی مرد عورت بیویاں بچے اس دنیا فانی تو رخصت کر کے انہیں سارے نے روح کی سلام خاک نصاب پیش کرنے منظور تو مقبول فرمائے. سرکار نے مریدہ بھی جو جتنے بھی اس دنیا فانی تو پوچھ کر کے انہیں سارے نے رواں کی ثواب پیش کرنے منظور تو مقبول فرمائے. میرے مالک جتنے تھے ہاتھ اٹھے انہوں نے لاج رکھنے آیا، میرے مالک ساڑیا دعواں قبول کری. راجی عابد صاحب نے والد نے روح کی سکرم پاک نصفہ پیش کرنے حضور نے مقبول فرمائی. میرے مالک جتنے بھی حاضری نے مجلس انہوں نے ابا اجداد چو انہوں نے والدینہ چو پہنا پران چو جڑے بھی اس دنیا فانی تو پوچھ کر کے انہوں سارے نے روح کی سکرم پاک نصفہ پیش کرنے. میرے مالک ساڑی حال تے رحم و رکرم کری. میرے مالک پنج گانا نماز ادا کرنے کی توفیق عطا فرمائے. میرے مالک کل نہ پلا کل خیر، اول خیر، آخر خیر، ظاہر خیر، باطن خیر عطا فرمائے. آسمانی زمینی بلایات محفوظ فرمائے، شیطانی شرط محفوظ فرمائے، انسانی شرط محفوظ فرمائے. میرے مالک اس ملک پاکستان نہ تو محافظ ہے، فضل تے کرم کرے. میرے مالک مقبوضہ کشمیر مسلمانہ دے ظلم و ستم ہو رہا، اپنا فضل تے کرم کرے. میرے مالک دنیا جتھے تک مسلمان ہے ظلم و ستم دی چکی چ پیس رہے، میرے مالک اپنا فضل تو کرم کر کے انہوں نے مدد فرمائی. میرے مالک ساڑھے حال تے رحم کری، ساڑھے صغیر و کبیر گناہ معاف فرمائی. صلی اللہ تعالیٰ علیہ خیر خلقی نور عرشی زینت فرشی قاسم رزقی محمد والی و صحابی والی بیتی و زواجی اجمعین. آمین 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 برحمت کا یا ارحم الراحمین. بسم اللہ جڑے سیدزادے اس محفل موجود انہوں نے خدمت حضور سجادہ نشین جناب محترم سائیں مطلوب صاحب اور انہوں نے صاحبزادگان جڑے بھی تھے موجود ہے سارے بیٹھے تشریف آور ہیں اور سرکار نے جاجیوں تو مہمانوں دو نزدیک تو آئے ہو عزیزوں سارے نے خدمت چ السلام علیکم. جیسے کہ تساں کی میں عرض کر رہا ہوں کہ تساں کی پتا ہے کہ ٹائم سارے کو بالکل قلیل جات لمیٹڈ ٹائم آ سارے عزیز بھی آئے بچے سارے وہ بھی تھے حاضری الواسن یہ حاضری ہے سرکار نے اس حاضری کی مد نظر رکھی کہ میں بھی تساں نے پیش خدمت ہوا چونکہ سالانہ سلسلہ آ رہا تو سرکار نے حضور
باقی بھی تسا بھی دعا کی تسا بھی دعا کرنے ہیں دعا ہی ایک سلسلہ رہنا پر بہرحال ایک گل کرنے تو بعد میں پھر میں شروع کرنا اللہ نہ لے کہ جیو تو ایسے جیو کہ دنیا سلام کرے مرو تو ایسے مرو کہ قبر بھی احترام کرے زندگی نہ یہ ماٹو ہونا چاہیے اللہ تعالیٰ سارے کی توفیق دے اور بتی پتھر کاربن سوزوکی نمبر دسیا نے بتی پتھر سوزوکی نمبر سوزوکی ایک رستہ بنا کے آیا اگر جس عزیز بھی ہے تو مہربانی کرو تو ذرا انہوں کی امید دو بڑی مہربانی آپ
दो अल्लाह ने हजूर अकीदत ने इजहार करसा फिर दो चार बोल हजूर सदर कायनात ने हजूर अकीदत ने फुल पेश करसा वैसे तो जे ना खवारी तो गुलाबू सारी जिंदगी तारीफा तहरीर लिख रहे हो सरकार ने कोई एक बार भी तारीफ नहीं कर सकना पर टाइम लिमिट ना लसा दो दो गल्ला करना करने तो निकले जा सा पीछे पीछे तुसे सरा सा हम भी आ रहे जनाब निर्देश यजमान साहब ने एक छोटा जहा ख्याल आ सरकार फरमाए पे मेरे मन का सात जमीन तो सात आसमान इसे भी जिया जूर पैदा की थी मखलूकात पैदा की थी लेकिन तुझी ये भी खबर है कि मेरी बड़ी हुई पेगी ने कुछ खादा या नहीं खादा तू उसकी भी रिजल्ट पहचाना आवाज देती थी मेहरबान का Come on.
के बाजियत है वो लै गए। किधर गया अमरूद से किधर गया फिर आओ लिखने ते लिखने ते मेरे दोस्तों तशरीफ रखने पे बेटा सारा जाया। मैं
اس نے فرمایا شکر کے انتظار اشیاء پر سب دعا کر سلام ہوتا اس رات نشے میں تو خیر سارے مرحومین نے درجات بلند کرنا ہے کیونکہ نبی نے یہ کہا سا سارے کولا اور پلا آیا ہوا ہے باقی اثر اللہ پلا کچھ نہیں کہ یا حضور قبول دعا کریا ہے اس واسطے سارے بھائی بڑے وردار صاحب یہ میں شیر سرکار نے روزے پر بھی پڑھیا ہوا لیکن یہ سابت ملی کہ نبی نے روزے پر میں شیر پڑھیا ہوا یا حضور قبول فریاد کریا ہے میرا روزے آواز پہ تھی کبھی والے التجاوات آوا کملی والے نے حضور آواز دیتی محبت آیا تھی دسیا نے میں پیر صاحب نہ بول ضرور سنایا میں مکمل پڑھنا رہنا لیکن انہوں نے حکم بھی آتا فرمائش بھی آیا اللہ میں اپنے بھتیجے چھوٹے نے شہباز بھی فرمائش کرنا کیونکہ پہلی بار میں فری چاہیے تو شاید والی گل ہے ساری گونج نال کوئی لفظ ادھر ادھر ہوئے تو صحیح پک نہ ہو میں کوشش کرتا کہ میں آپ لفظ سارے ذہن پہنچا پیر نصیر الدین نصیر احمد اللہ علیہ جسے مکے مدینے تو حج کری گئے تو ایئرپورٹ تو باہر نکلے پہ سے یہ صاحبزادے کی فرمائش ہے تو رونے رونے نکلے پہ تو پوچھا مرید نے سرکار ہوں مدینے تو آئے ہو اجا گھر پہنچے گئے تو رونے کی آئے ہو آپ نے پھر بدی شعر اتھا لکھیا اور تو سارے گوشت گزار کر رہا ہے سرکار لکھ رہا تھوڑا جا اس ہارمونیم کی ذرا چاہے ہو اور باقی دو چل گئی بسم اللہ لکھیا نے
ਪਹਿਲੇ ਨਹੀਂ ਫਿਰ ਸਰਕਾਰ ਫਿਰ ਮੇਰੇ ਬੁੱਸ ਨੇ ਸਰਦਾਰ ਸਲਾਲ ਸਾਹਿਬ ਕੀ ਸਾਫੇ ਟਿਕੜੇ ਉਣਦੀ ਲਗਨ ਹੈ ਦਿਲ ਕੋ ਬਰਾਬਰ ਲਗੀ ਹੋਈ Thank you.
بالا سارا پھر آؤ خوشبو والا یار یار ٹوٹیا یا شرگار ٹوٹیا گاری بولنا نہیں کلا مٹھی بے نصیر و دین نصیر رحمت بے میر انشاء رحمت اللہ علیہ ان سب آنے اس سہولت نو میں جانا گرم ریت پر لٹایا گیا تلیا بچ ہاتھا پیروں میں لیفا ماریا گیا
छाती पर गर्म हथ रखे गए तो पूछा गया बिलाल हूं दस हूं भी डरते मुहम्मद राशे पीर साहब फरमाया हजरत बिलाल ने कही गल कही कहते थे ये बिलाल कोशिश कर सा साहबजादा साहब ब्रेक ना लई है गड्डिया साड़िया पुरानिया या पर लाग रूट ते चलदिया इच्छा कोशिश कर सा ये चंद दोस्तों ने फरमाइश ही परदेसी दोस्त राजा मुलाजम साहब तलक कृपा आड़ा ना राजा आफ्ताब साहब तलक कृपा आड़ा ना आन मुकीम यूके डरबी मैं अलीपुर बैठा सब मुझे कॉल आई तो उन्होंने आखिया सर टिका जा रहे हो तो साड़ी भी हाजरी कमाया मैं आखिर राय साहब बिल्कुल हाजरी लगसी तो जनाब इन्होंने ब्रदर इन्होंने भाई राजा काला हर बोझा आड़ा कृपा इस नात की फरमाइश करते हैं शहजाद भट्टी आमिर भट्टी आदल भट्टी सदक भट्टी अमान भट्टी वाहिद भट्टी ताहिर भट्टी बलाल भट्टी आल मुकीम सऊदिया तलक इन्होंने दोस्तों का चंद सहीदा ना जेड़ा रहो चंद सहीदा ना लिया तो समझादा अरसलान साहब जनाब फौजी मनीर साहब इस महफल में मौजूद हुए अगर हमारी आवाज सुनने वरदान मसाल राणे भाई नेड़े आ गए फौजी मनीर साहब नाथगढ़ी समझादा अरसलान साहब मारूफ साहब नाथगढ़ी सरकार ने कहा थी जब पता चला फिर सारे इतने जागने पे नारायण तकबीर नारायण रिसाले नारायण हैदरी साहित्यकार सरकार बसमिल्लाह बसमिल्लाह अल्लाह हो
पता नहीं अच्छा जिस तरह तुस बैठे हो ना किरकट में मैच में तक हो हजूर ने नाच शुरू नहीं सारे झूम झूम के पढ़ो अल्लाह हो Stop.
میں عشقِ زارا سرکار نہ روزے نہ دیدار کرنا نہ پوکھا پیاسا کیا آواز تھی میں نو سونے نے بلایا पट्टी साहब ऑनलाइन सुन रहे थे ये सारे फारूक साहब ये मेरे बुजुर्ग हैं अल्लाह पाक इनकी जिंदगी बख्शा ये सारे बड़े आलम हैं राजी सिर्फ दो बोल मैं तो राजा इधर रवि मेरे तो कुछ ऐसे ना सा केड़े केड़े बोल कोई पानी भरन ते दे सरदार सलाल साहब कड़ी आवाज दी चाली आली के तार के चाली सरदार चाली आली के तार के चाली आली के तार के चाली सरदार चाली आली के तार के Yeah.
अली पाक के सारे बंदे हो ना, ये सब ज्यादा साहब आने भाई रास्ता बंद आ, ये गड्डियां जड़ियां इन्होंने जेडे मालक है, मेहरबानी करो 206 गड्डी नंबर 246 गड्डी नंबर 1060 ते गड्डी नंबर 532 ये रस्ते विच खत्तियां तो राह किसान नहीं रोकी ना, ये बड़ा सख्त गुनाह है। पहले भी ऐलान किया तो मेहरबानी करो वो कम यह मिले कि इन्हें गड्डिया पास ना किया जी क्या तो इन्होंने टायर चू हवा कभी कैसे प्यार नहीं गा रही बस उस तरह कर आखिरी गल कर दा, फिर जरा थोड़ा जा महफल रुख चेंज कर सा। बुजुर्ग आने से ना सरजादा जू बुजुर्ग आने से जिसने खाइया उसने गीत गाया, बोलो जिसने खाइया उसने क्या तुसा खाने की सुनाए हो सदका बैठे किस तरह हो, ये सिर्फ माड़ी ड्यूटी नहीं ये तुसा सारे की ड्यूटी है, जिसने खाइया उसने गीत गाया जेड़े खाने वो क्या करने जेड़े अली तलंगर खाने I'm not afraid to die.
ਦਿਸ਼ਾ ਪਟਿਓ ਮੈਂ ਤੁਸਾਂ ਨੂੰ ਮਜ਼ੇਦਾਰ ਜਨਾਬ ਫਰਹਾਦ ਸੱਤੀ ਸਾਹਿਬ ਉਹਨਾਂ ਨੇ ਚਾਹ ਰਹੀ ਰੋਹਿਲ ਵਕਾਸ ਤਲਕ ਜਾਵਾ ਗੱਲ ਕਿਹੜੀ ਇਹਨਾਂ ਦੋਸਤਾਂ ਦੀ ਚਾਹ ਕਿਹੜੀ ਹੈ ਮੈਂ ਮਲੰਗ ਨੀਤ ਸਰਕਾਰ ਫਰਹਾਦ ਸੱਤੀ ਫਰਹਾਦ ਸੱਤੀ ਜੀ ਸੋ ਲਿਖੇ ਸਾਇਆ ਤੇ ਮਾਲਕ ਆ
Gadi number 574.
साहब ठेकेदार साहब तलक चराना मनाजर पट्टी आमर पट्टी शहजाद पट्टी सिदक पट्टी तमाम पट्टी ग्रुप ने वाजद पट्टी राजद पट्टी अमजद पट्टी शाहनवाज पट्टी शहीद पट्टी ये भी ना है बावे ने इतना जड़ी मरीद है वासक सती अडियाला जी अपना आजीव रिपोर्शन शेयर तो मैं भी नाल फिर पढ़ने शुरू कर सा इजार सती दोनों ही नतलक अजकार सती दोनों ही नतलक बासत दोनों ही शिराज और रिजवान सती इदनान सती मुबशर सती कोटा बाजार बरी लाजपाल ग्रुप जी शाबाश जी सहित पटी तो शर्माज पटी अडियाला जेल बिस्मिल्लाह अल्लाह पाक मुश्किल आसान करना जनाब ठेकेदार साहब सा ये सब ज्यादा दूर करें मैं गाड़ियों का ऐलान करो गाड़ी 575 92 246 107 53 32 ये गाड़ियों ने मेहरबानी करो गाड़ियां पास करो हूँ मैं जरा बंद पढ़ लगा ना हजूर मैं आपू लिखिया ये हजरत साहब का हुक्म जेडे गाड़ियां पास नहीं ताने ठीक 5 मिनट तो बाद गड्डिया बंद हो जाए पुलिस चौकी से ये हजरत साहब हुक्म फरमाया है गड्डिया पास ढाई छोड़ो ये मैं जो हम बंद पढ़ लगा हजूर है मैं इस बंदा का चीज आपू लिखिया बिस्मिल्लाह बिस्मिल्लाह अगर सरकार फरमाया कि बंदे के आने तक होए हाजी साहब हो ये हुए हाजी साहब है भाई बूढ़े नहीं होने मैं अगर हजूर पाकर ड्यूटी पे देने शाह जाने का राह जाने ये सरकार मैं हूं आपू लिखिया जरा बंद मैं तुसा नजर कर लगा केड़ा जंगल सारा मंगल बनिया Yeah.
जे पांच मिनट बचा लिया तो सारे बचे बचा तो सारे बचे गए समझ गयो बिस्मिल्ला भी दरबार में रानी दो दो शेर परसा बतौरे हाजरी एक एक बैल परसा उस तो बाद इजाजत के साथ फिर सारे अजीज बचे आस अपनी अपनी हाजरी लिवास फिर यार जिंदा दसो बद बाकी क्योंकि मिकी एक गल याद आई इस वास्ते के अजीत परसन सैफल ग्रुप भी अपने अपने रंग का इजहार कर सन अपने अपने ख्याल का इजहार कर सन कोई मुरीद टूरिया गौर ना सुने कोई मुरीद टूरिया ना उसे पूछा वो सालों साल जाने खुदा ने बंदा किस तरह पहुंचना है उठा तो जाना किस तरह है बड़ा औखा लाया तो बड़ी दुश्वार मंजर है उसे क्या मैं जाना तो थे आया पर मैं उठा पहुंचना किस तरह ना तो मिकी खंडी कड़ी चीज है उठा असल ये चीज है तो सारे आए होगा ये पता होना चाहिए ना असा की कड़ी चीज इतना आंदा और असा आए किस तरह है ये जरूरी है आवाज दी ओ सजनो
पार्टी की तरफों एक बोल आकड़ा हो मेरे नहायती काबिल एहतराम जनाब साहिबजादा अरसलान सरकार और जनाब हाजी फरीद साहब ट्रिपल फाइव ग्रुप राजा उमर सती मोहम्मद समी राजा दानिश सती और मेरे नहायती काबिल एहतराम फौजी उस्ताद और जज्बा ग्रुप और आल फिदाई फोर्स इन्होंने खुसूसी फरमाइश है कि सरकार की लिखी हुई गल मुर्शद के दर पर एक दीवाना आवाज करना भाई कड़ी Oh!
ਸੋਨਾ ਬਾਈ ਘੜੀ ਹੋਰ ਟਿੱਕਾ ਸ